کریم اللہ دا ایو ہکو احسان نہ لا سکدے جڑے سکھ اے جے راہبر چا دتے نس اور انہاں دی ولا محبت چا دتی اس واتی گھرانے تے جڑی غربت آئی اس انہاں دا رومن چا دتے اس میں کوئی نواں بندہ تا ہاں نہیں مظلوم دی بارگاہ وچ جدہی آیا میں ہر مجلس کو آخری سمجھدا تیرے سامنے ہزاراں بندے اتھاں بیٹھ کے مقام دینے ہیں تے روندے ہیں چلے نہیں گئے دنیا تو زندگی ملی ہے ہی ایک دفعہ ہر ویلے نہیں ملنی میرے مرشد علی تو ایک بندے پوچھا مولا موت تے زندگی کو چوکھی بھی تھے سرکار فرمایا ہی کو سا ہے آندا پائے تے زندگی ہے جو لگا گئے تو موت اس ناراض نتی ہے جیڑا بندہ اس دنیا تے آئے آہدے میں ہاں شیعہ تے میں ہاں مومن چودہ دی بارگاہ چ کھڑا دا بھائی جیڑا بندہ بھیڑ بھیراواں دی غربت چ رو کے نہیں گیا وہی بے بد نصیب
ਤੂੰ ਕੀ ਆਦਾ ਜਦਾਂ ਦੀ ਤੁਰ ਗਈ ਏ ਸ਼ਾਮ ਵਿੱਚ ਦਫਨ ਥਈਏ ਸੁੱਤੀ ਪਈ ਏ ਅਜੇ ਕਬਾਰੀ ਜੁੱਠੀ ਕੇ ਆਦੀ ਬੈਠੀ ਹੋ ਸੀ ਮੈਂ ਕੋਈ ਨਹੀਂ ਬੁਲਦਾ ਤੇਰਾ ਭਜਦੇ ਘੋੜੇ ਤੋਂ ਲਾਹਣਾ ਮੈਂ ਕੋਈ ਨਹੀਂ ਬੁਲਦਾ ਤੇਰਾ ਖੰਜਰ ਦੇ ਤਲੇ ਪਾਣੀ ਦਾ ਮੰਗਣਾ ਜਨਾਬ ਸਜਾਦ ਜਦੋਂ ਫੁੱਫੀ ਕੋ ਦਫਨ ਕੀਤਾ ਨਾ ਕਬਰੀ ਸਮਾਇਸ ਤਾਵੀਜ਼ ਏ ਕਬਰ ਬੰਦ ਨਾਇਸ ਕੀਤਾ ਬੀਵੀ ਦੇ ਕਾਠਗੜ ਵਾਲੇ ਲਭ ਹੱਲੇ ਮੇਰੇ ਇਮਾਮ ਕੰਨ ਲਾਏ ਤਾਂ ਆਵਾਜ਼ ਪਈ ਆਉਂਦੀ ਹੈ ਸਜਾਦ ਜੋ ਤੂੰ ਆਖੇ ਤਾਂ ਇੱਥੇ ਮੈਂ ਬੇਰਾ ਕੋ ਰੋਵਾਂ ਪਈ ਇੱਥੇ ਤਮੰਨਾ ਕੋਈ ਨਾ ਕਰੋ ਇਹ ਨਹੀਂ ਤੂੰ ਮਜਲਿਸ ਤੇ ਆਵੇਂ ਤਰੋ ਅਮਲ ਦੱਸੇਂਦਾ ਪਈ ਹਰ ਸੁਬਹ ਦੀ ਨਮਾਜ਼ ਪੜ੍ਹ ਕੇ ਵੇਣ ਬੇਰਾਵਾਂ ਦੀ ਗਰੀਬੀ ਗੁਰੂ ਨਾ ਕਰ ਨਬੀ ਦੀ ਉਮਤ ਏਡੇ ਜ਼ੁਲਮ ਕੀਤੇ ਅੱਲਾ ਜਾਣੇ ਵੇਲੇ ਜ਼ਮੀਨ ਖਤਮ ਕਿਉਂ ਨਾ ਥੀ ਗਈ ਆਸਮਾਨ ਟੁੱਟ ਕੇ ਜ਼ਮੀਨ ਤੇ ਕਿਉਂ ਨਾ ਆ ਗਿਆ ਮੇਰੇ ਤੇ ਥੋੜਾ ਜਿਹਾ ਹੁਕਮ ਹੈ ਫਰਮਾਇਸ਼ੇ ਗਾਲੇ ਜ਼ਿਆਦੀ ਲੰਬੀ ਚੌੜੀ ਮਜਲਿਸ ਨਾ ਸਿਰਫ ਹਾਜ਼ਰੀ ਦੀ ਮਜਲਿਸ ਮਜ਼ਮੂਨ ਤਾਂ ਸਾਡੇ ਕੋਲ ਲੰਬੇ ਲੰਬੇ ਮਜ਼ਮੂਨ ਹਨ ਹਾਂ ਲੇਕਿਨ ਮੈਂ ਕਹੀ ਮੋਮਿਨ ਕੋ ਜ਼ਾਕਿਰ ਕੋ ਬਾਨੀ ਕੋ ਤਕਲੀਫ ਦੇ ਕੇ ਰਾਜ਼ੀ ਨਾ ਪਰ ਪ੍ਰੋਗਰਾਮ ਹੋਵੇ ਤਾਂ ਮੈਂ ਮੈਨੂੰ ਚਾਰ ਪੰਜ ਮਿੰਟ ਸੱਤ ਮਿੰਟ ਮਜ਼ਲੂਮ ਦੀ ਨੌਕਰੀ ਦੇਵਾਂ ਚਾਹ ਬਜ਼ੁਰਗਾਂ ਵਾਲੀ ਜ਼ਾਕਰੀ ਬੰਦ ਤੂੰ ਮਜਲਿਸ ਦੀ ਇਬਤਦਾ ਸ਼ੁਰੂ ਪਿਆ ਕਰੇ ਨਾ ਖੁਤਬਾ ਹੀ ਨਾ ਪੜਦਾ ਜਿਹੜਾ ਘਰੂ ਟੁਰ ਆਉਂਦਾ ਨਾ ਉਹ ਆਂਦਾ ਹੀ ਨੀਅਤ ਹੈ ਮੈਂ ਵੰਨ ਕੇ ਮੁਕਾਨ ਦੇ ਆਵਾਂ ਅਗਰ ਇੱਥੇ ਕਹਿੰਦੀ ਅੱਖ ਖੁਸ਼ਕ ਹੋਵੇ ਨਾ ਬੈਠੀ ਜਾ ਤੇ ਹੀ ਆਖ ਸਕਦਾ ਬੀਬੀ ਘਰੂ ਤਾਂ ਮੈਂ ਮੁਕਾਨ ਵਾਸਤੇ ਆਇਆ ਮੇਰੀ ਅੱਖ ਕਿਉਂ ਖੁਸ਼ਕ ਹੈ ਤੂੰ ਜਦੋਂ ਦੁਆ ਮੰਗਸੇ ਵਾ ਤੇਰੀ ਅੱਖ ਜਾਣੇ ਮੇਰੀ ਸਹਿਣ ਜਾਣ ਸਾਵਣ ਦੇ ਬਦਲ ਅੰਗ ਤੇਰੀ ਅੱਖ ਵਸ ਪੁਸ ਕੱਲਾ ਰਹਿ ਗਏ ਸਾਰੇ ਟੁਰ ਗਏ ਨੇ ਖਯਾਮ ਦੇ ਬੂਹੇ ਤੇ ਆ ਕੇ ਆਦਾ ਖੜੇ ਹੋ ਮੇਰੀਆਂ ਤਸੀਆਂ ਭੇਣੀ ਮੇਰਾ ਛੇਕੜੀ ਸਲਾਮ ਮੈਂ ਸਦਕੇ ਥੀ ਇਤਨੀ ਨੌਕਰੀ ਯਾਦਾਂ ਦੇਵਾਂ ਜਿਹੜਾ ਘਰ ਟੁਰ ਆਏ ਹੀ ਕੀ ਕਹਾਂ ਜਾ ਜ਼ਰੀਏ ਨਿਜਾਤ ਬਣ ਪੋ ਮੈਂ ਸਦਕੇ ਥੀ ਪਵਾਂ ਬਹੁਤ ਬੜਾ ਸੈਯਦ ਸਵਾਲ ਕੀਤਾ ਆਹਦਾ ਬੇੜੀ ਕੁਖੜ ਹੈ ਜੋ ਮੇਰਾ ਆਖਰੀ ਸਲਾਮ ਮੈਂ ਸਦਕੇ ਥੀ ਪੋ ਹੁਕਮ ਦੀ ਤਾਮੀਲ ਕਰਨ ਚਾ ਬਾਬਾ ਛੀਵੀਂ ਕਨਾਤ ਨਾਲ ਜ਼ੁਲ ਜਨਾਹ ਦਾ ਸਾਮਾਨ ਆ ਰੱਖੇ ਸੀ ਬਜ਼ੁਰਗ ਜ਼ਾ ਕਰੇ ਚੀਜ਼ਾਂ ਪੜ੍ਹਦੇ ਆਏ ਨੇ ਪੜ੍ਹਨ ਵਾਲੇ ਟੁਰ ਗਏ ਕਿਰਾਈ ਜੋ ਅੱਗੇ ਵੰਨੇ ਆ ਹਜ਼ਾਰਾਂ ਨੌਕਰ ਗੁਲਾਮ ਆ ਵੰਨੇ ਨਾ ਅਕਬਰ ਆ ਵੰਨੇ ਆ ਸਾਰੇ ਜੋ ਟੁਰ ਗਏ ਤੇ ਹੀ ਇਕੱਲਾ ਰਹਿ ਗਏ ਆਪਣੇ ਹੱਥਾਂ ਨਾਲ ਘੋੜੇ ਤੇ ਜ਼ੀਨ ਠਹਾਉਣੀ ਸ਼ੁਰੂ ਕੀਤੀ ਅਸੀਂ ਬੰਦ ਪਿਆ ਪੜਦਾ ਬਜ਼ੁਰਗਾਂ ਦੀ ਯਾਦ ਆਪਣੇ ਹੱਥੇ ਜ਼ੁਲ ਜਲਾਤੇ ਸ਼ਾ ਲਗੇ ਜ਼ੀਨ ਠਾਵਣ ਕੋਈ ਜੋ ਵੇਲਾ ਯਾਦ ਆਇਸ ਜ਼ੋਰੀ ਲੱਗ ਗਏ ਸਾਵਣ ਅਕਬਰ ਕਾਸਿਮ ਅਬਾਸ ਦੇ ਲਾਵੇ ਲੱਗੇ ਕੂੰਜ ਵਾਂਗੂ ਕੁਰ ਲਾਵਣ ਇੱਕ ਰੂਹ ਮਜਰੂ ਸ਼ਾ ਬੇਕਸਦਾ ਲੱਗੇ ਹਰ ਪਾਸੇ ਤੜਫਾਵੇ ਤੁਹਾਡਾ ਹੱਥ ਜ਼ਬਰ ਦੇ ਕਰੋ ਨਾ
ਜਬਰ ਨਹੀਂ ਆਪਣੇ ਨਸੀਬ ਨੂੰ ਆਖੇ ਕੋਜ ਜਦ ਬਾਗ ਖੜਾ ਦੇ ਕਿਲ ਤੇ ਟੁਰ ਗਯਾ ਮੈਨੂੰ ਘੋੜੇ ਤੇ ਚੜਾ ਇਹ ਮਾਤਮ ਪੜਨ ਵਾਲੇ ਜਾ ਕੇ ਤੁਰ ਗਏ ਜਿਹੜਾ ਬੰਦਾ ਨਹੀਂ ਰੁਨਾ ਸੁਚੇਂਦਾ ਬੈਠਾ ਘੋੜੇ ਤੇ ਸਵਾਰ ਤੇ ਮੱਥਾ ਕੋਚ ਤੇ ਆ ਲਗੇ ਬੇੜਾ ਦੀ ਸਵਾਰ ਥੀ ਕੇ ਹੁਣ ਰੁਨਾ ਕੀ ਹੋਏ ਬੇੜ ਦੋ ਦੇਖਿਆ ਤੇ ਸਵਾਰ ਕੀਤਾ ਮੈਂ ਕੋ ਘੋੜੇ ਤੇ ਉਜੜੀ ਤੇ ਕੋ ਉਠ ਤੇ ਕੋ ਉਹਦੇ ਸਵਾਰ ਕੀਤਾ ਮੈਂ ਕੋ ਘੋੜੇ ਤੇ ਉਜੜੀ ਤੇ ਕੋ ਉਠ ਤੇ ਕੋ ਲੈ ਚੜੇ ਸੀ ਵਸਾਇਣ ਫਰਮਾਇਆ ਸੈਣ ਬਰਮਾ ਲੰਗ ਨਿਭ ਗਈ ਲੰਗ ਨਿਭ ਵੈਸੀ ਬਸ ਭਾਈ ਸਾਰਾ ਮਜ਼ਮੂਨ ਛੋੜ ਦਿੱਤਾ ਬੇੜੀ ਦੇਖਦੀਆਂ ਰਹੀਆਂ ਭਰਾ ਟੁਰ ਗਏ ਮੈਦਾਨ ਜਾਇਆ ਜੰਗ ਕੀਤਾ ਲਹਿਣਾ ਜੋ ਆਏ ਸਲਾਹ ਬੈਠ ਜਿਤਨੇ ਮੋਮਿਨ ਹੈ ਬੈਠੇ ਉਹ ਦੁਆ ਮੰਗਦਾ ਤੇਰੇ ਵਾਸਤੇ ਮੇਰਾ ਮੌਲਾ ਤੇ ਕੁੱਕਰ ਬਲਾ ਔਰ ਸ਼ਾਮ ਦਾ ਜ਼ਵਾਨ ਬਣਾ ਹਰ ਪਾਸੇ ਮੈਦਾਨ ਦਾ ਦੇਖ ਕੇ ਬੈਠਾ ਦੇ ਲੋਕ ਹੁਣ ਮੈਂ ਗਰੀਬ ਮੇਰੇ ਬੱਚੜੇ ਟੁਰ ਗਏ ਜਿਵੇਂ ਮਰਦੀ ਆਦੀ ਨੇ ਪੱਥਰ ਮਾਰੋ ਮੇਰੇ ਛੁੜੇ ਬਣਾ ਲਾ ਕੋਈ ਕੋਈ ਨਹੀਂ ਲੋਕ ਯਾਦਗਾਰਾ ਲੈ ਗਰੀਬ ਸਦਾਇਸ ਹਰ ਕਈ ਤੂੰ ਪਹਿਲੇ ਪਹਿਲੇ ਚਾਰ ਸਾਲ ਦੀ ਧੀ ਮਿੱਟੀ ਛੋੜੀ ਦੁਆ ਮੰਗੀ ਕਰ ਲਾ ਪੁੱਤਰ ਦੇਵੇ ਇੱਕ ਧੀ ਜ਼ਰੂਰ ਹੋਵੇ
ਦੀ ਮੇਰੀ ਅੱਲਾ ਦੀ ਰਹਿਮਤ ਸ਼ਾਹ ਜੀ ਦੀਨ ਦੀ ਮਾਣੀ ਰੱਖ ਗਏ ਪਿਓ ਦੁਨੀਆ ਤੂੰ ਟੁਰਦਾ ਪਿਆ ਹੋਏ ਪੁੱਤਰ ਪਰੇ ਰੋਸੀ ਦੀ ਸਾਰੀ ਰਾਤ ਨਹੀਂ ਸਮਦੀ ਮੰਜੀ ਦਾ ਪਾਵਾ ਲੱਭ ਕੇ ਆਦੀ ਬੈਠੀ ਆਉਂਦੇ ਤਿਆਲੀ ਮੌਤ ਮੈਂ ਕੁਆਉਂਦੇ ਤੂੰ ਬਾਬਾ ਮੇਰੇ ਮਾਨ ਨਾ ਤੋੜਿਆ ਤੇਰੇ ਪੁੱਤਰਾਂ ਦੀ ਮਰਜ਼ੀ ਤੇਰੇ ਬਾਦ ਮੈਂ ਕੋਈ ਜਾਣੇ ਜਾ ਨਾ ਜਾਣੇ ਬਾਬਾ ਤੇਰੇ ਘਰ ਜਿਵੇਂ ਮਹਿਮਾਨ ਆਉਂਦੇ ਜੋ ਮੇਰਾ ਗਰੀਬ ਬਾਬਾ ਸਾਲ ਦੀ ਧੀ ਉੱਠੀ ਪੁੱਪੀ ਦੇ ਕੋਲ ਆ ਕੇ ਹੱਥ ਨਾਪ ਕੇ ਆਦੀ ਟੁਰਾ ਆਦਾ ਬੈਠਾ ਮੈਂ ਗਰੀਬ ਕਾਟ ਗਾੜਾ ਲੈ ਨੂੰ ਪੁੱਪੀ ਬਤਰੀ ਜੀ ਟੁਰ ਤਪਈ ਮੈਂ ਮਨੇ ਨਾ ਭੇਣ ਬਿਰਾ ਦਈ ਬਹੁ ਵੱਡਾ ਰਿਸ਼ਤਾ ਮੈਂ ਕੋ ਮਜ਼ਲੂਮ ਦੀ ਕਸਮ ਏ 70 ਕਦਮ ਤੇ ਭੇਣ ਦੀ ਹੱਦ ਮੁੱਕ ਗਈ ਉਹਦੇ ਨਾਲ ਗੱਲ ਮਾਰੀਏ ਜਿਵੇਂ ਛਬੀਆਂ ਨਾ ਬਣਾਉਂਦੇ ਘੋੜਾ ਚੱਕਰ ਵਧਾ ਲੈਂਦਾ ਘੋੜੇ ਦੇ ਕੰਨਾਂ ਤੇ ਆਵਾਜ਼ ਆਈ ਅਕਬਰ ਦਾ ਪਿਓ ਤੀ ਰਾਵਣੀ ਆਪ ਜਲੇ ਪੱਥਰ ਰਾਵਣੀ ਆਪ ਜੁਲੇ ਤਰੀ ਧੀ ਰੁਲ ਗਈ ਏ ਘੋੜਾ ਵੱਜਦਾ ਹੈ ਪਿਓ ਦੇ ਘੋੜੇ ਗੁੱਡੇ ਬਾਹ ਵੱਜ ਗਈ ਏ ਨਾ ਜੀ ਦਿੱਖਾ ਨੂੰ ਰਵੇ ਗੁਫਾ ਚ ਬਾਬਾ ਨਹੀਂ ਲੱਭਦਾ ਗਰੀਬ ਬੈਠਾ ਸਰੈਂਦੇ ਪਿਓ ਦੇ ਘੋੜੇ ਦੇ ਪਾਸੇ ਨਾਲ ਆਈ ਪਿਓ ਦੇ ਕੋਲ ਆਈ ਛੋਟ ਤਮ ਸਾਰਾ ਮਜ਼ਮੂਨ ਕੋਲ ਆ ਗਿਆ ਜੀ ਅਸਲਾਮ ਅਲੈਕਾ ਯਾ ਜੁਹਲ ਮਜ਼ਲੂਮ ਵੇ ਬਾਬਾ ਧੀ ਮਿਲਣ ਆਈ ਅਲੈਕਾ ਸਲਾਮ ਆ ਪਿਓ ਦੀ ਝੋਲੀ ਹਾਜ਼ਰ 4 ਸਾਲ ਦੀ ਧੀ ਝੋਲੀ ਜਾ ਬੈਠ ਸੱਤ ਕਾਤਲੇ ਨਕਬਰ ਦੇ ਪਿਓ ਦੇ ਛੀਆਂ ਦੇ ਰਹਿੰਦੇ ਕੇ ਪਿੱਛਾ ਵੱਲ ਗਏ ਉਮਰ ਦੇ ਪੇਰਾਂ ਤਲਵਾਰੀ ਸੱਟ ਕੇ ਆਦਨ ਹਯਾਲ ਵੀ ਆਉਂਦਾ ਕੱਲਾ ਹੋਵੇ ਆ ਮਾਰਾਂ ਅੱਖੀ ਨਾਲ ਦੇਖੇ 4 ਸਾਲ ਦੀ ਦੀ ਝੋਲੀ ਚ ਬਹਿ ਕੇ ਗਈ ਲੈ ਪਿਓ ਦੀ ਡਾੜੀ ਦਾ ਸੱਜਾ ਪਾਸਾ ਚੁਬਦੀ ਕਈ ਲੈ ਖੱਬਾ ਪਾਸਾ ਚੁਬ ਕੇ ਬੈਠੀ ਆਦੀ ਸਾਗੂ ਕਹੇ ਦੇ ਆਸਰੇ ਤੇ ਛੋੜੀ ਵੇ ਲੈ ਬਾਬਾ ਮੈਂ ਸਦਕੇ ਦੀ ਬੋਲਾਂ ਸਤਵਾਂ ਕਾਤਲ ਸਿਮਰ ਕਮੀਨੇ ਅਗਲੀ ਤਾਂ ਖੰਜਰ ਫਿਰੇਂਦਾ ਏ ਕੰਡਲ ਪਾਸੋਂ ਆਏ ਦੇਖ ਨਾ ਸਕਦਾ ਇਹਦੀ ਕਿਹੜੀ ਜੁਰਤ ਆਈ ਜੋ ਦੇਖਿਆ ਗੁਫਤਗੂ ਤੂੰ ਮਾਲੂਮ ਕਿੱਧਰ ਸ਼ਬੀਰ ਗੁਧੀ ਬਹੁ ਪਿਆਰੀ ਆਈ ਕਮੀਨੇ ਹੱਕਲ ਮਾਰੀਏ ਹੁਸੈਨ ਔਖੇਲ ਧੀ ਕਿਉਂ ਸਦਾਈਏ ਮਰੇ ਮਾਮਾ ਦੇ ਹੱਟ ਬੰਦੇ ਨਾ ਪਿਓ ਤੇ ਦੁੱਖਾਵੇ ਧੀਆਂ ਸਦਾਵਣੀਆਂ ਨਹੀਂ ਪਾਉਂਦੀਆਂ ਦੁੱਖ ਸੁਣ ਕੇ ਆਪੇ ਆਨੀਆਂ ਮੈਂ ਕਿਹੜੇ ਵੇਲੇ ਦਾ ਬੈਠਾ ਦਾਇਮ ਲੋਗੋ ਹੁਣ ਮੈਂ ਗਰੀਬ ਹਾਂ ਹੱਟ ਵੱਲ ਮੇਰੀ ਗਰੀਬੀ ਸੁਣ ਕੇ ਲੱਗੀ ਆਈ ਜਿਹੜਾ ਬੰਦਾ ਆਦਾ ਹੈ ਮਜਲਿਸ ਤੇ ਵੈਸਾ ਤੇ ਮੁਕਾਨ ਦੇ ਸਾ ਕਮੀਨਾ ਪਿੱਛਾ ਹਟਾ ਬੀਬੀ ਉੱਠੀ ਦਾੜੀ ਚੁੰਮ ਕੇ ਆ ਦੀ ਬਾਬਾ ਕੌਣ ਹੈ ਜਿਹੜਾ ਤੇਰੇ ਜੀਨੇ ਉੱਚਾ ਬੁਲੇ ਹੁਸੈਨਾ ਦੇ ਤੇਰੇ ਪਿਓ ਦਾ ਕਾਤਿਲ ਆ ਗਏ ਆਦੀ ਬਾਬਾ ਇਹੋ ਤੇਰਾ ਕਾਤਿਲ ਮੈਂ ਪਿੰਦੀਆਂ ਖਾਲੀ ਨਵਲਾ ਕੇ ਮੰਗਦੀ ਆਦੀ ਬਾਬਾ ਮਿੰਨਾ ਤਲਾਏ ਤੇਰਾ ਕਾਤਿਲ ਸਰ ਸਜਦੇ ਚ ਰੱਖ ਮੈਂ ਤੇਰੇ ਗੱਲ ਤੇ ਗੱਲ ਰੱਖਦੀ ਆ ਈ ਜ਼ਾਲਮ ਗੁਆ ਕਡੂਆ ਪਿਓ ਦੀ ਤੇ ਰੱਲੇ ਖੰਜਰ ਚਲਾ ਛੋੜੇ ਔਖੀ ਨਮਾਜ਼ ਬਾਬਾ ਮੈਂ ਵੱਲ ਪੜਦਾ ਕੋਈ ਰੋਵੇ ਜਾਨਾ ਰੋਵੇ ਦੁਆ ਕਤਲ ਦੇ ਵੇਲੇ ਧੀ ਪਿਓ ਦੇ ਕੋਲ ਨੇ